ਭਾਜਪਾ ਵੱਲੋਂ ਅੰਮ੍ਰਿਤਸਰ ਵਿੱਚ ਖੰਨਾ ਸਮਾਰਕ ਵਿਖੇ ਪ੍ਰੈਸ ਵਾਰਤਾ ਕੀਤੀ ਗਈ ਜਿਸ ਵਿੱਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲੋਕਡਾਊਨ ਦੌਰਾਨ ਪੰਜਾਬ ਸਰਕਾਰ ਵੱਲੋਂ ਹਰ ਪਰਿਵਾਰਕ ਮੈਂਬਰ ਨੂੰ 5-5 ਕਿਲੋ ਕਣਕ ਅਤੇ 1 ਕਿਲੋ ਦਾਲ ਆਈ ਸੀ ਜੋ ਕਿ ਸਰਕਾਰ ਨੇ ਦੇ ਵੀ ਦਿੱਤੀ ਸੀ ਲੇਕਿਨ ਉਸ ਤੋਂ ਬਾਅਦ ਜੋ ਕੇਂਦਰ ਸਰਕਾਰ ਵੱਲੋਂ ਰਾਸ਼ਨ ਗਰੀਬਾਂ ਵਾਸਤੇ ਭੇਜਿਆ ਗਿਆ ਉਹ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਲੋਕਾਂ ਨੂੰ ਨਹੀਂ ਦਿੱਤਾ ਗਿਆ ਅਤੇ ਇਸ ਤੋਂ ਇਲਾਵਾ ਵੀ ਕਈ ਤਰ੍ਹਾਂ ਦੇ ਘੁਟਾਲੇ ਜਿਹੜੇ ਉਹ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ ਅੰਮ੍ਰਿਤਸਰ ਵਿੱਚ PPE ਕਿੱਟਸ ਦਾ ਘੁਟਾਲਾ ਹੋਵੇ ਚਾਹੇ ਜਲੰਧਰ ਵਿੱਚ ਬੀਤੇ ਦਿਨ ਰਾਸ਼ਨ ਨੂੰ ਲੈ ਕੇ ਹੋਇਆ ਵਿਵਾਦ ਦੇਖੋ ਜਿੱਥੇ ਪੂਰਾ ਵਿਸ਼ਵ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਭਾਰਤ ਵੀ ਲੜਾਈ ਲੜ ਰਿਹਾ ਅੱਜ ਇਹਦੀ ਸੰਖਿਆ 10 ਲੱਖ ਤੋਂ ਵੱਧ ਹੋ ਗਈ ਹੈ ਚਿੰਤਾ ਦਾ ਵਿਸ਼ੇ ਵੀ ਹੈ ਔਰ ਹਰ ਸੰਭਵ ਪ੍ਰਯਾਸ ਕੀਤੇ ਜਾ ਰਹੇ ਹੈ ਸੋਸ਼ਲ ਡਿਸਟੈਂਸਿੰਗ ਦੁਆਰਾ ਕਿ ਵੀ ਇਹ ਤੋਂ ਜਿੰਨਾ ਬਚਾਓ ਕੀਤਾ ਜਾਵੇ ਕਿਉਂਕਿ ਹਾਲੇ ਤੱਕ ਜਦ ਤੱਕ ਵੈਕਸੀਨ ਨਹੀਂ ਆਉਂਦੀ ਬਚਾਓ ਹੀ ਇਲਾਜ ਹੈ ਲੇਕਿਨ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਜਾਏ ਇਹ ਕਿ ਵੀ ਅਸੀਂ ਧਿਆਨ ਕਰੋਨਾ ਨਾਲ ਅਸੀਂ ਲੜਾਈ ਕਿੱਦਾਂ ਲੜਨੀ ਹੈ ਘੁਟਾਲਿਆਂ 'ਚ ਫਸੀ ਹੋਈ ਕਿ ਕੇਂਦਰ ਸਰਕਾਰ ਦੁਆਰਾ ਭੇਜਿਆ ਅਨਾਜ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਜਿਹੜਾ ਯੋਜਨਾ ਤਹਿਤ 5 ਕਿਲੋ ਗੇਹੂੰ ਪ੍ਰਤੀ ਵਿਅਕਤੀ ਪ੍ਰਤੀ ਪਰਿਵਾਰ 1 ਕਿਲੋ ਦਾਲ ਪ੍ਰਤੀ ਪਰਿਵਾਰ 3 ਮਹੀਨਿਆਂ ਲਈ ਉਹਨਾਂ ਨੇ ਭੇਜੀ ਇਹ ਕੰਜ਼ਿਊਮ ਹੋਣਾ ਚਾਹੀਦਾ ਸੀ 3 ਮਹੀਨਿਆਂ ਵਿੱਚ ਮਾਰਚ ਅਪ੍ਰੈਲ ਮਈ 'ਚ ਹੁਣ ਅਨਲੋਕਿੰਗ 2 ਸ਼ੁਰੂ ਹੋਇਆ ਦਾ ਇਸੇ ਤਰ੍ਹਾਂ ਆਤਮ ਨਿਰਭਰ ਭਾਰਤ ਪੈਕੇਜ ਉਹ 10 ਕਿਲੋ ਆਟਾ 1 ਕਿਲੋ ਦਾਲ 1 ਕਿਲੋ ਚੀਨੀ ਇਹ ਜਿਹੜਾ ਹੈਗਾ ਕੇਂਦਰ ਸਰਕਾਰ ਨੇ ਨੌਨ FSA ਮਤਲਬ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਅੰਡਰ ਜਿਹੜੇ ਨਹੀਂ ਆਉਂਦੇ ਜਿਹਨਾਂ ਕੋਲ ਰਾਸ਼ਨ ਕਾਰਡ ਨਹੀਂ ਹੈ ਔਰ ਦੂਸਰਾ ਜਿਹੜੇ ਪ੍ਰਵਾਸੀ ਬੰਦੂ ਆ ਉਹਨਾਂ ਲਈ ਭੇਜਿਆ ਔਰ ਉਹ ਅਨਾਜ 3 ਮਹੀਨਿਆਂ 'ਚ ਕੰਜ਼ਿਊਮ ਹੋਣਾ ਚਾਹੀਦਾ ਹਾਲੇ ਵੀ ਜਿਹੜਾ ਹੈਗਾ ਕਾਂਗਰਸੀਆਂ ਨੇ ਸਟਾਕ ਕੀਤਾ ਹੋਇਆ ਬਜਾਏ ਗਰੀਬਾਂ ਦਾ ਅਨਾਜ ਗਰੀਬਾਂ ਨੂੰ ਮਿਲੇ ਉਹਨਾਂ ਨੇ ਆਪਣੇ ਕੋਲ ਗੋਦਾਮਾਂ 'ਚ ਆਪਣੇ ਪ੍ਰਾਈਵੇਟ ਗੋਦਾਮਾਂ 'ਚ ਸਟਾਕ ਕੀਤਾ ਔਰ ਇਸ ਗੱਲ ਦਾ ਕਿ ਵੀ ਪਿਛਲੇ ਦਿਨੀ ਮੇਰੀ ਲਾਈਵ ਡਿਬੇਟ ਸੀਗੀ ਭਾਰਤ ਭੂਸ਼ਣ ਆਸ਼ੂ ਜਿਹੜੇ ਖੁਰਾਕ ਮੰਤਰੀ ਆ ਪੰਜਾਬ ਦੇ ਉਹਨਾਂ ਨੇ ਕਿਹਾ ਕਿ ਵੀ ਕਿਸੇ ਨੂੰ ਅਖਤਿਆਰ ਨਹੀਂ ਹੈ ਕਿ ਵੀ ਇਹ ਅਨਾਜ ਜਿਹੜਾ ਹੈਗਾ ਸਿਰਫ ਫੂਡ ਐਂਡ ਸਪਲਾਈ ਡਿਪਾਰਟਮੈਂਟ ਹੀ ਵੰਡ ਸਕਦਾ ਹੈ ਔਰ ਇਹ ਸਾਰਾ ਵੰਡਿਆ ਜਾ ਚੁੱਕਾ ਅਤੇ ਫਿਰ ਅਨਾਜ ਕਿੱਥੋਂ ਹੈ ਅਤੇ ਪ੍ਰਾਈਵੇਟ ਬੰਦਿਆਂ ਦੇ ਗੋਦਾਮਾਂ 'ਚੋਂ ਕਿਉਂ ਨਿਕਲਦਾ ਕੱਲ੍ਹ ਜਲੰਧਰੋਂ ਵੀ ਨਿਕਲਿਆ ਸੋ ਇੱਥੇ ਵੀ ਇਹੀ ਹਾਲਤ ਹੈਗੀ ਆ ਸੋ ਮੰਗ ਕੀਤੀ ਆ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਚਿੱਠੀ ਲਿਖ ਕੇ ਕਿ ਵੀ ਇਹਦੀ ਇਨਕੁਆਇਰੀ ਕੀਤੀ ਜਾਵੇ ਔਰ ਜਿਹੜੇ ਆ ਜਿਹੜੀ ਹੈਗੀ ਰਿਸਪੋਂਸੀਬਿਲਟੀ ਫਿਕਸ ਕੀਤੀ ਜਾਵੇ ਬਿਲਕੁਲ ਬਦਸਲੂਕੀ ਕੀਤੀ ਗਈ ਜੀ ਜਿੰਨਾ ਕੁ ਨਿਖੇਧੀ ਕੀਤੀ ਹੈ ਉਨੀ ਥੋੜ੍ਹੀ ਹੈ ਕੱਲ੍ਹ ਕਿਉਂਕਿ ਜਿਹੜਾ ਡਿਨਾਈ ਕਰਦੇ ਸੀ ਵਿਧਾਇਕ ਜਲੰਧਰ ਤੋਂ ਉਹ ਅਨਾਜ ਗੁਰੂ ਗੋਬਿੰਦ ਸਿੰਘ ਐਵੀਨਿਊ ਦੇ ਵਿੱਚ ਮਿਲਿਆ ਉਹ ਕਬਜ਼ੇ 'ਚ ਲਿੱਤਾ ਉਹੀ ਅਨਾਜ ਸੀਗਾ ਜਿਹੜਾ ਉਹਨਾਂ ਨੇ ਖੁਰਦ ਕੀਤਾ ਰੋਇਲ ਕੋਈਜਨ 'ਚੋਂ ਸੋ ਉਸ ਨਾਤੇ ਜਿਹੜਾ ਹੈਗਾ ਕੱਲ੍ਹ ਫਿਰ ਕਿਉਂਕਿ ਉਹਦੇ ਬਚਾਓ 'ਚ ਆ ਗਿਆ ਡਿਪਾਰਟਮੈਂਟ ਉਹ ਕਹਿੰਦੇ ਜੀ ਅਸੀਂ ਰੱਖਿਆ ਸੀ ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਰੱਖਿਆ ਸੀਗਾ ਇੰਸਪੈਕਟਰ ਸਾਹਿਬ ਫੂਡ ਐਂਡ ਸਪਲਾਈ ਦੇ ਅਤੇ ਤੁਸੀਂ ਜਿਹੜਾ ਦੱਸੋ ਕਿ ਇਹ ਮਾਲਕ ਕੌਣ ਹੈ ਦੁਕਾਨ ਦਾ ਕਹਿੰਦੇ ਜੀ ਮੈਨੂੰ ਨਹੀਂ ਪਤਾ ਕਦੀ ਹੋ ਸਕਦਾ ਫਿਰ ਮੈਂ ਕਿਹਾ ਚਾਬੀਆਂ ਕਿੱਥੇ ਆ ਮੈਂ ਕਿਹਾ ਕਹਿੰਦੇ ਜੀ ਮੇਰੇ ਕੋਲ ਨਹੀਂ ਹੈ ਫਿਰ ਮੈਂ ਕਿਹਾ ਕਿ ਵੀ ਭਾਈ ਤੁਸੀਂ ਲਿਸਟਾਂ ਦਿਖਾ ਦਿਓ ਕਿੱਥੇ ਕਿੱਥੇ ਸ਼ਹਿਰ 'ਚ ਕਹਿੰਦੇ ਉਹ ਵੀ ਨਹੀਂ ਹੈ ਨਹੀਂ ਸਾਡੇ ਕੋਲ ਮਤਲਬ ਹੈ ਕਹਿੰਦੇ ਨੇ ਝੂਠ ਦੇ ਪੈਰ ਨਹੀਂ ਹੁੰਦੇ ਕੱਲ੍ਹ ਉਹਨਾਂ ਦੇ ਕੋਈ ਪੈਰ ਨਹੀਂ ਸੀਗੇ ਸੋ ਇਸ ਨਾਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਦੱਸਦੀਆਂ ਕਿ ਬਹੁਤ ਵੱਡਾ ਜਿਹੜਾ ਹੈਗਾ ਇਹਦੇ 'ਚ ਗੜਬੜੀ ਹੋ ਰਹੀ ਹੈ ਸਟਾਕ ਕੀਤਾ ਜਾ ਰਿਹਾ ਉਸੇ ਤਰ੍ਹਾਂ ਘੁਟਾਲਾ ਜਿੱਦਾਂ ਲੋਕਡਾਊਨ ਦੇ ਪੀਰੀਅਡ ਦੇ ਵਿੱਚ 5600 ਕਰੋੜ ਦਾ ਢਾ ਲਗਾਈ ਰੈਵਨਿਊ ਨੂੰ ਇਲੀਗਲ ਡਿਸਟਿਲਰੀਆਂ ਦਾ ਸੀਡ ਸਕੈਮ ਹੋਇਆ 4000 ਕਰੋੜ ਦਾ ਔਰ ਜਿਹੜਾ ਹੈਗਾ PPE ਕਿੱਟ ਘੁਟਾਲਾ ਅੰਮ੍ਰਿਤਸਰ 'ਚ ਹੀ ਹੋਇਆ ਔਰ ਇਸੇ ਤਰ੍ਹਾਂ ਸਿੰਗਲ ਟੈਂਡਰ ਲਗਾ ਕੇ ਇੰਸ਼ੋਰੈਂਸ ਦਾ ਘੁਟਾਲਾ ਕੋਪਰੇਟਿਵ ਡਿਪਾਰਟਮੈਂਟ 'ਚ ਹੋਇਆ ਸੋ ਇਹਨਾਂ ਨੂੰ ਘੁਟਾਲਿਆਂ ਦਾ ਧਿਆਨ ਹੈ ਗਰੀਬਾਂ ਦਾ ਧਿਆਨ ਨਹੀਂ ਤੁਹਾਡੇ ਵੱਲੋਂ ਕੰਪਲੇਂਟ ਪਾਈ ਜਾਏਗੀ ਮੈਂ ਤਾਂ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਲਿਖੀ ਹੈ ਕਿ ਇਨਕੁਆਇਰੀ ਕੀਤੀ ਜਾਏ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ